ਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਇੱਕ ਸਪੇਅਰ ਪਾਰਟਸ ਦੀ ਦੁਕਾਨ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਅਜੇ ਤੱਕ ਨਹੀਂ ਲੱਗਿਆ। ਦੁਕਾਨ ਮਾਲਕ ਵੱਲੋਂ ਗਵਾਂਢੀ ਦੁਕਾਨਦਾਰ ਤੇ ਸ਼ਰਾਰਤੀ ਅਨਸਰਾਂ ਤੇ ਦੋਸ਼ ਲਗਾਏ ਹਨ। ਅੱਗ ਲੱਗਣ ਦੀ ਸੂਚਨਾ ਸਵੇਰੇ 5 ਵਜੇ ਸੈਰ ਕਰਨ ਵਾਲੇ ਰਾਹਗੀਰਾਂ ਨੇ ਦਿੱਤੀ। ਹਾਂਜੀ, ਇਹ ਕਿੱਦਾਂ ਜਿਹੜਾ ਸਾਰਾ ਤੁਹਾਡਾ ਵਾਕਿਆ ਹੋਇਆ ਜੀ? ਸਾਡੇ ਲਾਗੇ ਵੀ ਜੀ ਸਰਪੰਚ ਆ, ਉਹ ਸੈਰ ਕਰਨ ਆਏ ਤੇ ਉਹਨਾਂ ਦੱਸਿਆ ਸਾਨੂੰ 5 ਵਜੇ। ਅੱਛਾ ਜੀ, ਅਸੀਂ ਸਰਕਾਰ ਨੂੰ ਕੋਈ ਕਹਿੰਦੇ ਚਾਹੁੰਦੇ ਹਾਂ, ਸਾਨੂੰ ਮਤਲਬ ਕੀ ਹੈ ਸਾਡੀ ਛੋਟੇ ਛੋਟੇ ਬੱਚੇ ਆ ਜੀ। ਅਤੇ ਤੁਹਾਨੂੰ ਕੋਈ ਸ਼ੱਕ ਲੱਗਦਾ ਕਿ ਸ਼ਰਾਰਤੀ ਅਨਸਰ ਤੇ? ਸ਼ੱਕ ਭਾਈ ਸਾਡੇ ਲਾਗੇ ਦੁਕਾਨ ਵਾਲਾ ਸੀ, ਉਹ ਖੈਬੜ ਦਾ, ਉਹਨੇ ਦੁਕਾਨ ਨਾਲ ਪਾਈ ਆਣ ਕੇ, ਹੁਣ ਮਹੀਨਾ ਕੁ ਹੋਇਆ ਇਸੇ ਸਮਾਨ ਦੀ। ਪਹਿਲਾਂ ਮੋਬਾਈਲਾਂ ਦਾ ਕੰਮ ਕਰਦਾ ਸੀ। ਅੱਛਾ ਜੀ, ਉਹ ਮੁੰਡੇ ਮੁੰਡੇ ਲਿਆ ਕੇ ਧਮਕੀਆਂ ਧਮਕੀਆਂ ਦਿੰਦਾ ਜੀ। ਪਹਿਲਾਂ ਵੀ ਇੱਕ ਦਿਨ ਉਹਨੇ ਕਿਹਾ ਸੀ, ਕਹਿੰਦਾ ਮੈਂ ਤੁਹਾਡਾ ਸਮਾਨ ਚੁਕਾਉਣਾ ਇੱਥੋਂ। ਅੱਛਾ ਜੀ, ਅਤੇ ਪੁਲਿਸ ਨੂੰ ਇਹਦੇ ਸੰਬੰਧੀ ਕੋਈ ਤੁਸੀਂ ਸੂਚਨਾ ਦਿੱਤੀ? ਸਵੇਰੇ ਪੁਲਿਸ ਨੇ ਫੋਨ ਨਹੀਂ ਚੁੱਕਿਆ, ਉਦੋਂ ਬੰਦ ਆਈ ਜਾਂਦਾ ਉਹਨਾਂ ਦਾ। ਤੁਸੀਂ ਕੀ ਮੰਗ ਕਰਦੇ ਸਰਕਾਰ ਕੋਲ? ਸਰਕਾਰ ਕੋਲ ਇਹੋ ਮੰਗ ਹੈ ਕੋਈ ਮਦਦ ਕੀਤੀ ਹੈ ਸਾਡੀ। ਠੀਕ।